ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ ਵਿੱਚ ਮੋਮ ਦਾ ਪੁਤਲਾ ਲਗਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਅਤੇ ਪੰਜਾਬੀ ਮਿਊਜ਼ਿਕ ਵਿੱਚ ਉਹਨਾਂ ਦਾ ਜ਼ਬਰਦਸਤ ਬੋਲਬਾਲਾ ਹੈ। ਇਸ ਦੇ ਨਾਲ ਹੀ ਦਿਲਜੀਤ ਪਹਿਲੇ ਪਗੜੀਧਾਰੀ ਸਿੱਖ ਹਨ ਜਿਨ੍ਹਾਂ ਦਾ ਬੁੱਤ ਮੈਡਮ ਤੁਸਾਦ ਮਿਊਜ਼ੀਅਮ ਵਿੱਚ ਲਗਾਇਆ ਗਿਆ। ਉਹ ਨਾ ਸਿਰਫ ਪੰਜਾਬੀ ਸਿਨੇਮਾ ਦੇ ਸੁਪਰ ਸਟਾਰ ਨੇ ਬਲਕਿ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੀ ਸੁਪਰ ਸਟਾਰ ਰਖਵਾਉਂਦੇ ਨੇ। ਮੈਡਮ ਤੁਸਾਦ ਮਿਊਜ਼ੀਅਮ ਵਿੱਚ ਅੱਜ ਬੁੱਤ ਦੀ ਘੁੰਡ ਚੁਕਾਈ ਮੌਕੇ ਦਿਲਜੀਤ ਨੇ ਆਪਣੇ ਸੋਸ਼ਲ ਪਲੇਟਫਾਰਮ ਤੇ ਲਾਈਵ ਹੋ ਕੇ ਖੁਸ਼ੀ ਜ਼ਾਹਿਰ ਕੀਤੀ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਖੁਦ ਜਾ ਨਹੀਂ ਸਕਦਾ ਪਰ ਪਤਾ ਨਹੀਂ ਮਹਾਰਾਜ ਜੀ ਮੈਂ ਕੀ ਕਰਾਂ। ਥੈਂਕ ਯੂ ਸੋ ਮਚ। ਆਈ ਥਿੰਕ ਬਿਲਕੁਲ ਵੀ ਜ਼ਿਆਦਾ ਟਾਈਮ ਨਾ ਲਗਾਉਂਦੇ ਹੋਏ ਹੁਣ ਅਸੀਂ ਵੈਕਸ ਫਿਗਰ ਅਨਲੀਸ਼ ਕਰ ਦਿੰਦੇ ਹਾਂ। ਆਰ ਯੂ ਪੀਪਲ ਰੈਡੀ? ਯੈਸ। ਇਜ਼ ਆਰ ਟੀਮ ਰੈਡੀ? ਯੈਸ। ਬਹੁਤ ਲੰਬੇ ਟਾਈਮ ਤੋਂ ਅਸੀਂ ਸਾਰੇ ਵੇਟ ਕਰਦੇ ਪਏ ਸੀ ਇਸ ਬੇਹੱਦ ਖਾਸ ਲੰਬੇ ਦਾ। ਸੋ ਆਈ ਐਮ ਗੋਇੰਗ ਟੂ ਰਿਕੁਐਸਟ ਯੂ ਟੂ ਡੂ ਦੈਟ ਪਲੀਜ਼। ਇਹਦਾ ਬਟਨ ਦਬਾਓ ਨਾ ਮੈਂ ਬਿਲਕੁਲ ਵੀ ਟੱਚ ਨਹੀਂ ਹੋਇਆ। ਮੈਂ ਬਿਲਕੁਲ ਨਹੀਂ ਹੋਇਆ। ਇੱਧਰ ਕਿ ਇੱਧਰ? ਮੈਨੂੰ ਵੀ ਨਹੀਂ ਪਤਾ, ਮੈਂ ਅਜੇ ਦੇਖਿਆ ਨਹੀਂ ਹੈ। ਦੱਸੋ ਪਿੱਛੇ ਦੇਖ ਲਈ। ਓਕੇ ਇੱਧਰ ਇੱਧਰ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।